ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਾਰਿਆਂ ਦੇ ਜੀ? ਠੀਕ ਠਾਕ ਹੋ? ਅੱਜ ਆਪਾਂ ਇੱਕ ਨਵੀਂ ਚੀਜ਼ ਕਰਨ ਲੱਗੇ ਹਾਂ। ਮੇਰਾ ਭਤੀਜਾ ਏਕਮ, ਅਤੇ ਉਹ ਮੈਨੂੰ ਕੱਲ੍ਹ ਕਹਿੰਦਾ ਸੀਗਾ, ਕਹਿੰਦਾ ਵੀ ਮੇਰੇ ਵਿੱਚ ਇੱਕ ਐਸੀ ਐਬਿਲਿਟੀ ਆ ਵੀ ਜਿਹੜੀ ਦੁਨੀਆ ਦੇ ਮਤਲਬ ਸਿਰਫ 1% ਲੋਕ ਕਰ ਸਕਦੇ ਆ ਉਹ ਚੀਜ਼। ਸੋ ਅਸੀਂ ਹੁਣ ਬੱਚੇ ਬੁਲਾਏ ਆ ਆਸ ਪੜੋਸ ਦੇ ਸਾਰੇ, ਅਤੇ ਦੇਖਦੇ ਹਾਂ ਵੀ ਉਹਦੇ ਵਾਲੀ ਐਬਿਲਿਟੀ ਹੋਰ ਕਿਸੇ ਦੇ ਵਿੱਚ ਹੈਗੀ ਆ ਜਾਂ ਨਹੀਂ, ਅਤੇ ਦੇਖਦੇ ਹਾਂ ਜੀ ਅੱਜ ਬਾਹਰ ਬੁਲਾਉਂਦੇ ਹਾਂ ਤੁਹਾਨੂੰ ਸਾਰੇ ਬੱਚਿਆਂ ਨੂੰ। ਇਹ ਹੈ ਜੀ ਏਕਮਵੀਰ ਸਿੰਘ, ਇਹ ਕਹਿੰਦਾ ਵੀ ਕਿਹੜੀ ਉਹ ਆ ਤੇਰੇ ਦੇ ਵਿੱਚ? ਮੈਂ ਇੱਕ ਚੈਲੰਜ ਲੈ ਕੇ ਆਇਆ ਸਾਰਿਆਂ ਵਾਸਤੇ, ਉਹ ਆ ਕਿ ਤੁਸੀਂ ਨਾ ਆਪਣੇ ਗੁੱਠੇ ਨੂੰ ਗੁੱਸੇ ਤਰੀਕੇ ਨਾਲ ਫੜ ਕੇ ਐ ਕਰਨਾ ਹੈ। ਅੱਛਾ, ਐਵੇਂ ਇਹ ਸਿਰਫ 100% ਚ ਤੇ 1% ਹੀ ਕਰ ਸਕਦੇ ਆ। ਅੱਛਾ ਚਲੋ ਦੇਖਦੇ ਆ, ਬੈਠੋ ਇੱਥੇ। ਇਹ ਤੇ ਕੌਣ ਕਰ ਸਕਦਾ? ਕਿੱਦਾਂ ਕਿੱਦਾਂ ਕਰਨੀ ਆ? ਇਹ ਗੁੱਠੇ ਨੂੰ ਐ ਫੜ ਕੇ ਐ ਕਰਨਾ। ਅੱਛਾ ਇਹਨੂੰ ਏਦਾਂ ਫੜ ਕੇ ਔਖਾ ਕੰਮ ਹਨਾ? ਨਹੀਂ ਮੇਥੋਂ ਤਾਂ ਨੀ ਹੁੰਦਾ ਗੁੱਠਾ ਨਾ ਕਰਕੇ, ਉਹ ਏਦਾਂ ਨੀ ਗੁਰਸੀਰ, ਏਦਾਂ ਬੱਤੇ ਇਹਨੂੰ ਏਦਾਂ ਕਰਕੇ ਹੈਂਡ ਤੋਂ ਹੱਡੀ ਨਾ ਤੋੜ ਦੀ। ਇਹ ਹੈ ਜੀ ਨੂਰ, ਹੁਣ ਨੂਰ ਕਰਕੇ ਦਿਖਾਊ ਜੀ ਤੁਹਾਨੂੰ। ਹੋ ਗਿਆ ਅਰਮਨ, ਹੋ ਗਿਆ ਹਨਾ? ਹਾਂ ਹੋਰ ਬਈ ਕਿਹੜਾ? ਆਏ ਆ ਖੁਸ਼ੀ, ਹਾਂ ਖੁਸ਼ੀ ਦਿਖਾ ਪੁੱਤ। ਓ ਵੈਰੀ ਗੁੱਡ, ਇਹਦਾ ਵੀ ਹੋ ਗਿਆ। ਅੱਗੇ ਨਵੀਂ ਨਵੀਂ ਦਾ ਸ਼ਾਇਦ ਹੀ ਹੋਵੇ। ਅੱਗੇ ਅੱਗੇ ਉਹਦੀ ਵਾਰੀ ਸਮਰ ਦੀ, ਸਮਰ ਦਿਖਾ ਪੁੱਤ ਕਰਕੇ ਦੋਵੇਂ ਹੁਣ ਕਰਿਓ। ਨਹੀਂ ਹੋਣਾ, ਨਹੀਂ ਹੋਣਾ ਇਹਦਾ ਵੀ। ਇਹ ਸੀਗਾ ਜੀ ਸਾਡਾ ਗੁਰਸੀਰਤ, ਤੇ ਇਹ ਆ ਸਾਡਾ ਮਨੂ ਮਨਕੀਰਤ। ਹੁਣ ਮਨਕੀਰਤ ਲਾ ਕੇ ਦਿਖਾਊ ਤੂੰ, ਨੀ ਲਾਵਤ ਕਿੱਦਾਂ ਇਹਨੂੰ ਏਦਾਂ ਕਰਕੇ ਇਹਨੂੰ ਏਦਾਂ ਉੱਪਰ ਏਦਾਂ ਮੋੜੋ। ਨਹੀਂ ਲੱਗਦਾ ਹਨਾ? ਇਹਦਾ ਕਿਹਦਾ ਲੱਗਿਆ ਸੀਗਾ? ਖੁਸ਼ੀ ਨੇ ਵੀ ਲਾ ਲਿਆ ਸੀਗਾ, ਨੂਰ ਨੇ ਵੀ, ਤੇ ਇਹਨੇ ਤਾਂ ਦਿੱਤਾ ਸੀਗਾ ਚੈਲੇਂਜ ਹਨਾ। ਪਰ ਇੱਥੇ ਹੁਣ 1, 2, 3, 4, 5, 6 ਜਾਣੇ ਆ ਇਹ, ਤੇ 6 ਜਾਣਿਆਂ ਦੇ ਵਿੱਚੋਂ 2 ਜਾਣਿਆਂ ਨੇ ਚੈਲੇਂਜ ਕੰਪਲੀਟ ਕੀਤਾ ਹਨਾ। 2 ਹੁਣ ਤੇਰੇ ਸਾਹਮਣੇ ਆ। ਇੱਕ ਹੁਣ ਤਾਂ ਕਹਿੰਦਾ ਵੀ ਮੇਰਾ ਚੈਲੇਂਜ ਕੋਈ ਉਹ ਨਹੀਂ ਕਰ ਸਕਦਾ। ਇਹਦਾ ਚੈਲੇਂਜ ਹੀ ਨਹੀਂ, ਇੱਕ ਨਾ ਦਿਮਾਗ ਦੀ ਐਕਸਰਸਾਈਜ਼ ਦਿਖਾ ਦਿੰਦਾ ਤੁਹਾਨੂੰ, ਇਹਨਾਂ ਚ ਦੇਖ ਤੇ ਕੌਣ ਕਰ ਪਾਉਂਦਾ ਇੱਕੇ ਵਾਰ ਚ। ਹਾਂ ਤੁਸੀਂ ਇੱਕ ਹੱਥ ਨਾਲ ਐ ਕਰੋ, ਤੁਸੀਂ ਵੀ ਇੱਕ ਹੱਥ ਨਾਲ ਐ ਇਹਨੂੰ ਐ ਏਦਾਂ ਕਰਨਾ, ਏਦਾਂ ਏਦਾਂ ਏਦਾਂ। ਇਹ ਕੰਮ ਬਹੁਤ ਤੇਜ਼ ਕਰਦਾ ਹਨਾ? ਮੰਨ ਲੋ ਕਿ ਤੁਹਾਡੇ ਕੋਲ 6 ਆਂਡੇ ਆ, ਤੁਸੀਂ 2 ਅੰਡੇ ਤੋੜ ਲੈ, 2 ਅੰਡੇ ਫਰਾਈ ਕਰ ਲੈ, 2 ਅੰਡੇ ਖਾ ਲੈ, ਤੁਹਾਡੇ ਕੋਲ ਕਿੰਨੇ ਅੰਡੇ ਬਚੇ? ਤੁਹਾਡੇ ਕੋਲ 6 ਅੰਡੇ ਤੇ। ਇਹਦਾ ਸਵਾਲ ਦਾ ਜਵਾਬ ਸਿਰਫ ਜੀਨੀਅਸ ਹੀ ਦੇ ਸਕਦੇ ਆ। ਅੱਛਾ ਕਿੰਨੇ ਜੀਨੀਅਸ ਆ ਹੁਣ ਇੱਥੇ? ਪੁੱਛ
कुछ कड के लिया हूं कार्ड कोई चैलेंज तो तुसी सारे हार गए कंबीर दर्शकों पासे करनिया अपा जेड़ा भी आंसर पंताली आ जाए एंड ते पंताली आंसर भी मल्टीप्लाई वाला जेड़ा पंताली आ जाए करके एदे चो ते एदे चो दो सीखा चकनिया ए जेड़ा हुण चैलेंज कर रहा ए कंबीर ए तुहाडे सारयां लई आ तुसी जे तुहानू किसे नू भी बुझ सकदा जां पता आ कमेंट करके दस्सिओ सानू भी इहदा जवाब की आ ते किद्दां इह कंप्लीट होणा देखो इधर